ਸੈਮੀ ਆਮੂ ਕਾਰਸੀ ਅਤੇ ਕੌਂਟਲਨ ਮੂਲ ਨਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹਯੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਆ। ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਇਸ ਪ੍ਰੋਗਰਾਮ ਚ ਆਪ ਸਭ ਦਾ ਨਿਕਾ ਸਵਾਗਤ ਆ। ਹਮੇਸ਼ਾ ਹੀ ਤਰ੍ਹਾਂ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਆ ਗੇਟਵੇ ਪੀਜ਼ਾ ਐਂਡ ਸਵੀਟਸ, ਦਾ ਐਮਪਾਇਰ ਬੈਂਕਟ ਹਾਲ ਅਤੇ ਇੱਕਵੇਂ ਟਰਾਂਸਪੋਰਟ ਲਿਮਟਿਡ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਨੀ ਹੈ ਬੈਂਕ ਆਫ ਕੈਨੇਡਾ ਦੀ। ਜਿਸ ਨੇ ਕੈਨੇਡਾ ਦੇ ਲੋਕਾਂ ਨੂੰ ਭੁੱਖ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੈਨਕੂਵਰ ਇਲਾਕੇ ਦੇ ਵਿੱਚ ਮੀਂਹ ਬਹੁਤ ਪੈਂਦਾ ਪਰ ਅਧਿਕਾਰੀ ਕਹਿ ਰਹੇ ਆ ਕਿ ਪਾਣੀ ਦੀ ਕਮੀ ਆ ਸਕਦੀ ਆ ਉਹਦਾ ਖਿਆਲ ਰੱਖਿਆ ਕਰੋ ਕਬੱਡੀ ਪ੍ਰਮੋਟਰ ਸਾਬਕਾ ਕਬੱਡੀ ਖਿਡਾਰੀ ਦਾਰਾ ਔਜਲਾ ਅਚਾਨਕ ਕੱਲ ਅਕਾਲ ਚਲਾਣਾ ਕਰ ਗਏ ਆ ਉਹਨਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਨਾਲੇ ਗੱਲ ਕਰਨੀ ਆ ਜਿਨੇ ਸੇਮਜ਼ ਐਨ ਡੀ ਪੀ ਦੇ ਐਮ ਐਲ ਏ ਜਿਨ੍ਹਾਂ ਨੇ ਕੱਲ ਅਸਰੀ ਦੇ ਮੇਅਰ ਦੀ ਚੋਣ ਦੇ ਵਾਸਤੇ ਉਮੀਦਵਾਰ ਵਜੋਂ ਆਪਣਾ ਬਿਗਲ ਵਜਾ ਦਿੱਤਾ ਜੀ ਦੋਨੇਜ ਖਾਣ ਪੀਣ ਦੀਆਂ ਵਸਤਾਂ ਦੀ ਕਮੀ ਆ ਹੋ ਰਹੀ ਆ ਇਹਦੇ ਪਿੱਛੇ ਮੁੱਖ ਕਾਰਨ ਕੀ ਆ ਮਸਲਾ ਹੱਲ ਹੋ ਸਕਦਾ ਕਿ ਨਹੀਂ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਨਾਲੇ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਖੂਨ ਦੀਆਂ ਜਬ ਤਿਆਰੀਆਂ ਹੋ ਰਹੀਆਂ ਉਹਦੇ ਬਾਰੇ ਵਿਦਿਆਰਥੀ ਕੀ ਕਰ ਰਹੇ ਆ ਤੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਮੁੜਦੇ ਹਾਂ ਜੀ ਪ੍ਰੋਗਰਾਮ ਦਾ ਸੋਚਦਾ ਸ਼ੋਚ ਇੱਕ ਵਾਰ ਫਿਰ ਆਪ ਸਭ ਦਾ ਨਿਗਾ ਸਵਾਗਤ ਹੈ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਬੈਂਕ ਆਫ ਕੈਨੇਡਾ ਤੋਂ ਬੈਂਕ ਆਫ ਕੈਨੇਡਾ ਨੇ ਕੈਨੇਡਾ ਵਾਸੀਆਂ ਨੂੰ ਭਵਿੱਖ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਆਪਾਂ ਜਾਣਦੇ ਹਾਂ ਕਿ ਬੈਂਕ ਆਫ ਕੈਨੇਡਾ ਵੱਲੋਂ ਕਾਫੀ ਸਮੇਂ ਤੋਂ ਕਿਹਾ ਜਾ ਰਿਹਾ ਕਿ ਇੰਟਰਸਟਡ ਜਿਹੜੇ ਆ ਉਹ ਕੈਨੇਡਾ ਦੇ ਵਿੱਚ ਵਧਣੇ ਆ ਤੇ ਵਿਧਾਏ ਵੀ ਗਏ ਆ ਹੁਣ ਬਹੁਤ ਸਾਰੇ ਲੋਕਾਂ ਨੂੰ ਇਹ ਚਿੰਤਾ ਵੱਡ-ਵੱਡ ਦਿਖਾ ਰਹੀ ਹੈ ਕਿ ਇਹ ਇੰਟਰਸਟਡ ਕਿੱਥੇ ਜਾ ਕੇ ਰੁਕਣਗੇ ਤਾਂ ਕਿੱਥੇ ਜਾ ਕੇ ਕੱਲ ਜਿਹੜੀ ਆ ਉਹ ਖੜਨੀ ਆ ਹੁਣ ਇਸ ਵਾਸਤੇ ਬੈਂਕ ਆਫ ਕੈਨੇਡਾ ਨੇ ਇੱਕ ਜਿਹੜੀ ਆ ਲੰਮੇ ਸਮੇਂ ਦੀ ਭਵਿੱਖਬਾਣੀ ਉਹ ਜਾਰੀ ਕੀਤੀ ਹੈ ਤਾਂ ਕਿ ਲੋਕ ਆਪਣਾ ਪਹਿਲੇ ਬਚਾਅ ਕਰ ਸਕਣ ਆਪਣੀ ਪਹਿਲੇ ਤਿਆਰੀ ਕਰ ਸਕਣ ਬੈਂਕ ਆਫ ਕੈਨੇਡਾ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ 2020 ਦੇ ਵਿੱਚ ਜਾਂ 2021 ਦੇ ਵਿੱਚ ਤੇ ਇਵਨ 2022 ਦੇ ਵਿੱਚ ਮਾਰਗੇਜ ਲਈ ਆ ਉਹਨਾਂ ਦੇ ਇੰਟਰਸਟੇਡ ਜਿਹੜੇ ਆ ਬੜੇ ਘੱਟ ਆ ਕਿਉਂਕਿ ਪ੍ਰਾਈਮ ਰੇਟ ਜਿਹੜਾ ਬਹੁਤ ਘੱਟ ਸੀਗਾ ਤੇ ਇਸ ਕਰਕੇ ਉਹਦੇ ਵਿੱਚ ਡਿਸਕਾਊਂਟ ਮਿਲਦਾ ਸੀਗਾ ਇਸ ਕਰਕੇ ਰੇਟ ਬਹੁਤ ਵਧੀਆ ਮਿਲੇ ਹੋਏ ਆ ਪਰ ਉਹ ਲੋਕ ਇਸ ਗੱਲ ਦਾ ਖਿਆਲ ਰੱਖਣ ਕਿ ਚਾਹੇ ਉਹਨਾਂ ਦੀ ਮਾਰਗੇਜ ਉਹਨਾਂ ਨੇ ਖੁੱਲੀ ਰੱਖੀ ਹੋਈ ਆ ਮਤਲਬ ਵੈਰੀਏਬਲ ਆ ਤੇ ਚਾਹੇ ਉਹਨਾਂ ਨੇ ਫਿਕਸ ਕਰਾਈ ਹੋਈ ਆ ਪੱਕੀ ਮਾਰਗੇਜ ਲਈ ਹੋਈ ਆ 3 ਸਾਲ ਦੀ ਆ ਜਾਂ 5 ਸਾਲ ਦੀ ਆ ਜਦੋਂ ਉਹ ਮਚਿਓਰ ਹੋਣੀ ਆ ਉਹਨੇ ਉਸ ਤੋਂ ਬਾਅਦ ਰੀਨ ਹੋਣਾ ਆ ਤਾਂ ਉਦੋਂ ਜਿਹੜੇ ਰੇਟ ਰਖਾਉਣੇ ਆ ਉਹ ਅੱਜ ਵਾਲੇ ਰੇਟ ਨਹੀਂ ਹੋਣੇ ਉਹ ਥੋੜੇ ਜ਼ਿਆਦਾ ਹੋਣੇ ਆ ਉਹਨਾਂ ਦਾ ਅੰਦਾਜ਼ਾ ਆ ਕਿ ਉਹ ਰੇਟ ਉਸ ਵੇਲੇ ਚਾਹੇ ਵੈਰੀਏਬਲ ਆ ਤੇ ਚਾਹੇ ਫਿਕਸਡ ਆ ਉਹ 4.5% ਦੇ ਕਰੀਬ-ਕਰੀਬ ਹੋਣਗੇ ਹੁਣ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੇ 220 ਦੇ ਵਿੱਚ ਜਿਹੜੀ ਖੁੱਲੀ ਮੋਰਗੇ ਜਾਂ ਉਹ ਤਕਰੀਬਨ 1.5% ਤੇ 1.5% ਤੇ ਲਈ ਆ ਉਹ ਨਾਲ ਦੀ ਨਾਲ ਜਦੋਂ ਪ੍ਰਾਈਮ ਰੇਟ ਵਾਧਾ ਨਾਲ ਵਧੀ ਜਾ ਰਹੀ ਆ ਕੁਝ ਲੋਕ ਇਹ ਜਿਹੇ ਆ ਜਿਨ੍ਹਾਂ ਨੇ ਆ ਫੈਕਸ ਨੂੰ ਮੌਰਗੇਜ ਲਈ ਹੋਈ ਹੈ ਉਹਨੂੰ ਸਵਾ ਦੋ ਪਰਸੈਂਟ ਜਾਂ ਢਾਈ ਪਰਸੈਂਟ ਤੇ ਮਿਲੀ ਹੋਈ ਆ ਸੋ ਉਹਨਾਂ ਵਾਸਤੇ ਸਾਰਿਆਂ ਲਈ ਇਹ ਸੁਝਾਅ ਆ ਬੈਂਕ ਆਫ ਕੈਨੇਡਾ ਵੱਲੋਂ ਕਿ ਇਸ ਗੱਲ ਵਾਸਤੇ ਪ੍ਰਪੇਅਰ ਰਹਿਣ ਕਿ ਜਦੋਂ ਉਹਨਾਂ ਨੇ ਇਹ ਮੌਰਗੇਜਸ ਗਾਂ ਜਾ ਕੇ ਰੀਨਿਊ ਕਰਾਉਣੀਆਂ ਤਿੰਨ ਸਾਲ ਜਾਂ ਪੰਜ ਸਾਲ ਬਾਅਦ ਉਦੋਂ ਰੇਟ ਇਹ ਨਹੀਂ ਹੋਣੇ ਸੋ ਉਸ ਹਿਸਾਬ ਦੇ ਨਾਲ ਆਪਣੇ ਖਰਚੇ ਕੰਟਰੋਲ ਕਰਨੇ ਚਾਹੀਦੇ ਆ ਤੇ ਉਸ ਹਿਸਾਬ ਦੇ ਨਾਲ ਆਪਣੀ ਇਨਕਮ ਵਧਾਉਣ ਬਾਰੇ ਜਿਹੜਾ ਸੋਚਣਾ ਚਾਹੀਦਾ ਆ ਤਾਂ ਕਿ ਕੱਲ ਨੂੰ ਘਰ ਦੀ ਕੈਸ਼ ਦੇਣ ਲੱਗਿਆਂ ਕੋਈ ਪ੍ਰੋਬਲਮ ਜਿਹੜੀ ਆ ਉਹ ਨਾ ਆਵੇ ਪਾਣੀ ਜਿਹੜਾ ਜੀ ਇੱਕ ਵੱਡੀ ਜੰਗ ਦਾ ਕਾਰਨ ਬਣਨਾ ਭੁੱਖ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਆ ਕਿ ਪਾਣੀ ਘਟ ਰਿਹਾ ਆ ਪਰ ਜਿਹੜੇ ਸਾਇੰਸਦਾਨ ਲੰਮੇ ਸਮੇਂ ਤੋਂ ਗੱਲ ਕਹਿ ਰਹੇ ਆ ਲੋਕੀ ਹੱਸ ਕੇ ਢਾਲ ਦਿੰਦੇ ਆ ਤੁਹਾਨੂੰ ਯਾਦ ਹੋਣਾ ਆ ਤੇ ਜਿਹੜੇ ਸਾਇੰਸਦਾਨ ਆ ਅੱਜ ਤੋਂ 40 ਸਾਲ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਫੋਨ ਦੇ ਉੱਤੇ ਸਾਰੇ ਕੰਮ ਹੋ ਜਾਇਆ ਕਰਨੇ ਲੋਕੀ ਹੱਸਦੇ ਹੁੰਦੇ ਸੀ ਕਿ ਬਈ ਇਦਾਂ ਕਿਦਾਂ ਹੋ ਜਾਊਗਾ ਤੁਹਾਡੇ ਸਾਹਮਣੇ ਹੀ ਆ ਫੋਨ ਦੇ ਵਿੱਚ ਸਾਰਾ ਕੁਝ ਉਹਨਾਂ ਨੇ ਪਾ ਦਿੱਤਾ ਆ ਗੱਲਾਂ ਚੱਲਦੀਆਂ ਹੁੰਦੀਆਂ ਸੀਗੀਆਂ ਸਾਇੰਸਦਾਨ ਕਿੰਨੇ ਨੇ ਕਿ ਤੁਸੀਂ ਆਹਮੋ ਸਾਹਮਣੇ ਬਹਿ ਕੇ ਗੱਲ ਕਰ ਸਕਦੇ ਆ ਤਾਰ ਦੇ ਜ਼ਰੀਏ ਜਾਂ ਬਿਨਾਂ ਤਾਰ ਤੋਂ ਸਕਰੀਨ ਦੇ ਉੱਤੇ ਕਹਿੰਦੇ ਇਦਾਂ ਕਿਦਾਂ ਹੋ ਸਕਦੀ ਆ ਆਪਣੇ ਸਾਹਮਣੇ ਹੀ ਆ ਉਹ ਗੱਲ ਹੋ ਗਈ ਆ ਸੋ ਹੁਣ ਜਿਹੜੀਆਂ ਗੱਲਾਂ ਇਹ ਕਈਆਂ ਜਾਰੀਆਂ ਸਾਇੰਸਦਾਨਾਂ ਵੱਲੋਂ ਵਾਰ-ਵਾਰ ਕਿ ਗਲੋਬਲ ਵਾਰਮਿੰਗ ਹੋ ਰਹੀ ਆ ਪਾਣੀ ਦੀ ਘਾਟ ਆਉਣੀ ਆ ਰਾਜ ਦੀ ਘਾਟ ਆਉਣੀ ਆ ਬਹੁਤ سارے ਲੋਕਾਂ ਨੂੰ ਜਿਆ ਲੱਗਦਾ ਵੀ ਇਹ ਕਿਵੇਂ ਹੋ ਜੂਗਾ ਪਰ ਜਿਵੇਂ ਪਹਿਲਾਂ ਉਹਨਾਂ ਦੀਆਂ ਪੇਸ਼ੰਗੁਈਆਂ ਸੱਚ ਹੋਈਆਂ ਇਹ ਵੀ ਸੱਚ ਹੋਣ ਵੱਲ ਕੰਮ ਵਧ ਰਿਹਾ ਆ ਤੇ ਮੈਟਰੋ ਵੈਨਕੂਵਰ ਗ੍ਰੇਟਰ ਵੈਨਕੂਵਰ ਇਲਾਕਾ ਇਥੇ BC ਵਿੱਚ ਮੀਂਹ ਬਹੁਤ ਪੈਂਦਾ ਅਕਸਰ ਜਿਹੜੇ ਬਾਹਰਲੀ ਦੁਨੀਆ ਦੇ ਲੋਕ ਆ ਉਹ ਸ਼ਿਕਾਇਤ ਇਹ ਕਰਦੇ ਆ ਤੁਹਾਡੇ ਤਾਂ ਮੀਂਹ ਬਹੁਤ ਪੈਂਦਾ ਪਰ ਇੰਨਾ ਮੀਂਹ ਪੈਣ ਦੇ ਬਾਵਜੂਦ ਇਥੇ ਕਈ ਵਾਰੀ ਪਾਣੀ ਦੀ ਜਿਹੜੀ ਆ ਗਰਮੀਆਂ ਨੂੰ ਕਮੀ ਹੋ ਜਾਂਦੀ ਆ ਉਹਦਾ ਵੱਡਾ ਕਾਰਨ ਇਹ ਆ ਕਿ ਜਿਹੜਾ ਮੀਂਹ ਪੈਂਦਾ ਆ ਉਹ ਦਰਿਆਵਾਂ ਦੇ ਰਾਹੀਂ ਹੜਕੇ ਜਿਹੜਾ ਸਮੁੰਦਰ ਵਿੱਚ ਚਲੇ ਜਾਂਦਾ ਆ ਤੇ ਜਿਹੜਾ ਪਾਣੀ ਪੀਣ ਵਾਲਾ ਸਾਫ਼ ਪਾਣੀ ਆ ਉਹਦੇ ਵਾਸਤੇ ਇਹਨਾਂ ਨੇ ਵੱਡੇ ਵੱਡੇ ਜਿਹੜੇ ਰੈਜ਼ਰਵয়ার ਬਣਾਏ ਹੋ ਵੱਡੀਆਂ ਵੱਡੀਆਂ ਝੀਲਾਂ ਬਣਾਈਆਂ ਆ ਜਿੱਥੇ ਪਹਾੜਾਂ ਤੋਂ ਖੁਰ ਕੇ ਸਾਫ਼ ਪਾਣੀ ਇਕੱठा ਇਕੱਠਾ ਹੁੰਦਾ ਉਹਨੂੰ ਫੇਰ ਗਾਂ ਹੋਰ ਸਾਫ਼ ਕਰਕੇ ਟ੍ਰੀਟ ਕਰਕੇ ਪੰਪ ਕਰਕੇ ਫੇਰ ਲੋਕਾਂ ਦੇ ਘਰਾਂ ਤੇ ਕੰਮਾਂ ਦੇ ਉੱਤੇ ਪਹੁੰਚਾਇਆ ਜਾਂਦਾ ਆ ਸੋ ਜੇ ਮਾਲੋ ਵੀ 15-20 ਅੰਜਾ ਮਹੀਨਾ ਲਗਾਤਾਰ ਮੀਂਹ ਨਹੀਂ ਪੈਂਦਾ ਤਾਂ ਉਹ ਪਾਣੀ ਜਿਹੜਾ ਪੀਣ ਵਾਲਾ ਆ ਉਹਦੀ ਘਾਟ ਆ ਜਾਂਦੀ ਆ ਇਸ ਕਰਕੇ ਮੈਟਰੋ ਵੈਨਕੂਵਰ ਦੇ ਵਿੱਚ ਜਿਹੜਾ ਬੋਰਡ ਹੈਗਾ ਗ੍ਰੇਟਰ ਵੈਨਕੂਵਰ ਦਾ ਜੀਵੀਆਰਡੀਵੀ ਨੂੰ ਪਹਿਲਾਂ ਕਹਿੰਦੇ ਆ ਹੁਣ ਮੈਟਰੋ ਵੈਨਕੂਵਰ ਕਹਿੰਦੇ ਆ ਦਾ ਨਾਮ ਰੱਖਿਆ ਹੋਇਆ ਸੋ ਉਹਨਾ ਨੂੰ ਕਿਹਾ ਗਿਆ ਕਿ ਪਾਣੀ ਜਿਹੜਾ ਹੈ ਸਾਂਭ ਕੇ ਵਰਤਿਆ ਜਾਵੇ। ਵੈਸੇ ਤਾਂ ਸਨੇਹਾ ਪੂਰੀ ਦੁਨੀਆ ਦੇ ਵਾਸਤੇ ਹੀ ਆ। ਪਾਣੀ ਸਾਂਭ ਕੇ ਵਰਤਣਾ ਚਾਹੀਦਾ। ਪਰ ਮੈਟਰੋ ਵੈਂਕੂਵਰ ਅਰਟੀ ਸੰਸਥਾ ਆ ਦੇ ਅਧਿਕਾਰੀ ਇਹ ਕਹਿ ਰਹੇ ਆ ਕਿ ਜਿਹੜਾ ਸਭ ਤੋਂ ਵੱਧ ਪਾਣੀ ਵੇਸਟ ਹੁੰਦਾ ਸ਼ਾਵਰ ਵਿੱਚ ਹੁੰਦਾ। ਬਹੁਤ سارے ਲੋਕ ਆ ਜਿਹੜੇ ਕਿ ਲੰਮਾ ਸਮਾਂ ਲਾਉਂਦੇ ਆ ਸ਼ਾਵਰ ਦੇ ਵਿੱਚ ਨਹਾਉਣ ਲੱਗਿਆਂ 10 ਮਿੰਟ, 15 ਮਿੰਟ, 20 ਮਿੰਟ ਤੱਕ। ਕਿ ਜਿਹੜੇ ਸ਼ਾਵਰ ਦੀ ਲਿਮਟ ਹੋਣੀ ਚਾਹੀਦੀ ਆ ਔਰ ਹੋ ਤਿੰਨ ਤੋਂ 4 ਮਿੰਟ ਤੱਕ ਹੋਣੀ ਚਾਹੀਦੀ ਆ। ਤਿੰਨ ਚਾਰ ਮਿੰਟ ਦੇ ਵਿੱਚ ਨਹਾ ਕੇ ਤੁਹਾਨੂੰ ਆਪਣਾ ਸ਼ਾਵਰ ਵਿੱਚ ਕੰਮ ਸਮਾਪਤ ਕਰਨਾ ਚਾਹੀਦਾ ਤਾਂ ਕਿ ਪਾਣੀ ਦੀ ਜਿਹੜੀ ਵੇਸਟੇਜ ਆ ਉਹ ਨਾ ਹੋ ਸਕੇ। ਸੋ ਪਾਣੀ ਨੂੰ ਬਚਾਉਣ ਵਾਸਤੇ ਕੋਸ਼ਿਸ਼ਾਂ ਜਿਹੜੀਆਂ ਚੱਲ ਰਹੀਆਂ ਆ। ਇਸ ਦੇ ਨਾਲ ਹੀ ਇੱਕ ਜਿਹੜੀ ਮਾੜੀ ਖਬਰ ਕੱਲ ਮਿਲੀ ਆ ਸੁਣਨ ਨੂੰ ਇਹ ਕਿ ਨਾਮਵਰ ਕਬੱਡੀ ਖਿਡਾਰੀ ਅਤੇ ਕਬੱਡੀ ਪ੍ਰਮੋਟਰ ਦਾਰਾ ਅਗਲਾ ਉਹਨਾਂ ਦੀ ਮੌਤ ਹੋ ਗਈ ਕੱਲ। ਉਹਨਾਂ ਦੇ ਨਜ਼ਦੀਕੀਆਂ ਦੇ ਦੱਸਣ ਮੁਤਾਬਕ ਪਿਛਲੇ ਕਾਫੀ ਸਮੇਂ ਤੋਂ ਉਹ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਸਿਗੇ ਤੇ ਕੱਲ ਅਚਾਨਕ ਦਿਲ ਦਾ ਦੌਰਾ ਪੈਣ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਤਕਰੀਬਨ 55 ਸਾਲ ਦੇ ਕਰੀਬ ਉਹਨਾਂ ਦੀ ਉਮਰ ਸੀਗੀ ਉਹਨਾਂ ਦਾ ਪੂਰਾ ਨਾਂ ਰਣਜੀਤ ਸਿੰਘ ਔਜਲਾ ਤੇ ਪੰਜਾਬ ਦੇ ਵਿੱਚ ਉਹਨਾਂ ਦਾ ਪਿੰਡ ਮਠੱਡਾ ਕਲਾਂ ਜਿਹੜਾ ਕਿ ਗੁਰਾਇਆਂ ਤੇ ਫਲੌਰ ਦੇ ਵਿਚਾਲੇ ਜੇ ਪੈਂਦਾ ਆ ਤੇ ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਸ਼ਹਿਰ ਰਿਚਮੰਡ ਦੇ ਵਿੱਚ ਉਹ ਰਹਿ ਰਹੇ ਸਿਗੇ ਦਾਰਾ ਔਜਲਾ ਦਾ ਨਾਂ ਜਿਹੜਾ ਆ ਜੀ ਉਹ ਬੜਾ ਮਸ਼ਹੂਰ ਰਿਹਾ ਕਬੱਡੀ ਜਗਤ ਦੇ ਵਿੱਚ ਪਹਿਲਾਂ ਉਹ ਸਾਬਕਾ ਖਿਡਾਰੀ ਰਹੇ ਆ ਤੇ ਫਿਰ ਉਸ ਤੋਂ ਬਾਅਦ ਕੋਚਿੰਗ ਵੀ ਦੰਦੇ ਰਹੇ ਆ ਨਾਲ ਕਬੱਡੀ ਪ੍ਰਮੋਟਰ ਵੀ ਰਹੇ ਆ ਖੁਦ ਪਹਿਲੇਆਂ ਸਮਿਆਂ ਦੇ ਵਿੱਚ ਜੈਜੀ ਬੈਂਸਰਗਿਆਂ ਦੇ ਨਾਲ ਗਾਉਂਦੇ ਵੀ ਰਹੇ ਆ ਤੇ ਇੱਥੋਂ ਤੱਕ ਕਿ ਬਹੁਤ ਸਾਰੀਆਂ ਜਿਹੜੀਆਂ ਗੀਤਾਂ ਦੀਆਂ ਵੀਡੀਓਜ਼ ਆ ਉਹਨਾਂ ਦੇ ਵਿੱਚ ਵੀ ਉਹਨਾਂ ਦਾ ਫਲਮਾਂਕਣ ਆਉਂਦਾ ਰਿਹਾ ਆ ਜੇਕਰ ਵੈਨਕੂਵਰ ਇਲਾਕੇ ਦੇ ਵਿੱਚ ਕਬੱਡੀ ਦੀ ਗੱਲ ਕਰੀਏ ਤਾਂ ਕਬੱਡੀ ਨੂੰ ਲਿਆਉਣ ਵਾਸਤੇ ਦੇ ਪਹਿਲੇ ਮੁੱਖ ਚਿਹਰੇ ਸੀਗੇ ਉਹਨਾਂ ਦੇ ਵਿੱਚ ਦਾਰਾ ਔਜਲਾ ਦਾ ਨਾਂ ਜਿਹੜਾ ਪ੍ਰਮੁੱਖ ਤੌਰ ਤੇ ਉੱਤੇ ਲਿਆ ਜਾਂਦਾ ਉਹ ਸਮੇਂ ਜਦੋਂ ਇੱਥੇ ਸਿਰਫ ਇੱਕ ਪਾਰਕ ਕਲੱਬ ਹੁੰਦਾ ਹੋਵੇਗਾ ਭੰਗੜਾ ਵੀ ਉਹੀ ਸਿਖਾਉਂਦੇ ਹੁੰਦੇ ਸੀਗੇ ਤੇ ਕਬੱਡੀ ਦੀ ਵੀ ਟੀਮ ਹੁੰਦੀ ਸੀ ਉਸ ਤੋਂ ਬਾਅਦ ਦੇ ਵਿੱਚ ਇਹ ਇਹਨਾਂ ਨੇ ਆਜ਼ਾਦ ਕਬੱਡੀ ਕਲੱਬ ਜਿਹੜੀ ਆ ਹੋਂਦ ਵਿੱਚ ਲਿਆਂਦੀ ਜਿਹੜੀ ਕਿ ਦੁਨੀਆ ਭਰ ਚ ਪ੍ਰਸਿੱਧ ਹੋਈ ਕੰਪੀਟੀਸ਼ਨ ਦੇ ਵਿੱਚ ਸ਼ੇਰੇ ਪੰਜਾਬ ਦੇਸ ਦੇ ਨਾਲ ਦੀ ਨਾਲ ਕਲਾਰਨੀ ਕਲੱਬ ਰਿਚਮੰਡ ਕਬੱਡੀ ਕਲੱਬ ਪੰਜਾਬ ਸਪੋਰਟਸ ਵਗੈਰਾ ਉਸ ਸਮੇਂ 1990ਾਂ ਦੀ ਗੱਲ ਮੈਂ ਕਰ ਰਿਹਾ ਉਸ ਵੇਲੇ ਇਹ ਹੁੰਦੀਆਂ ਸੀਗੀਆਂ ਸੋ ਕਾਫੀ ਜਿਹੜਾ ਕਹੋ ਵੀ ਉਹਨਾਂ ਦਾ ਨਾਂ ਕਬੱਡੀ ਦੇ ਵਿੱਚ ਜੁੜਿਆ ਰਿਹਾ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਕਬੱਡੀ ਕਲੱਬਾਂ ਦੇ ਨਾਲ ਫੈਡਰੇਸ਼ਨਾਂ ਦੇ ਨਾਲ ਐਸੋਸੀਏਸ਼ਨਾਂ ਦੇ ਨਾਲ ਜਿਹੜੇ ਜੁੜੇ ਰਹੇ ਆ ਬਹੁਤ ਸਾਰੇ ਵਿਵਾਦ ਉਹਨਾਂ ਦੇ ਜੀਵਨ ਦੇ ਨਾਲ ਜੁੜੇ ਰਹੇ ਆ ਪਰ ਫਿਰ ਵੀ ਵੇ ਪ੍ਰਵਾਹ ਕੇ ਅਖੀਰਲੇ ਸਮੇਂ ਤੱਕ ਉਹ ਕਬੱਡੀ ਦੇ ਵਾਸਤੇ ਕੁਝ ਨਾ ਕੁਝ ਕਰਨ ਦੇ ਵਾਸਤੇ ਯਤਨਸ਼ੀਲ ਰਹੇ ਆ ਸੋ ਉਹਨਾਂ ਦੇ ਅਕਾਲ ਚਲਾਣੇ ਦੇ ਉੱਤੇ ਕਬੱਡੀ ਜਗਤ ਵਿੱਚ ਕਾਫੀ ਰੋਸ ਪ੍ਰਗਟਾਇਆ ਜਾ ਰਿਹਾ ਆ ਤੇ ਉਹਨਾਂ ਦੇ ਆ ਜਿਹੜਾ ਫਿਊਨ ਲਿਆ ਆਉਣ ਵਾਲੇ ਦਿਨਾਂ ਦੇ ਵਿੱਚ ਹਲੇ ਹੋਣਾ ਆ ਤੇ ਰਣਜੀਤ ਸਿੰਘ ਔਜਲਾ ਉਰਫ ਦਾਰਾ ਔਜਲਾ ਆ ਦਾ ਕਵੱਡਾ ਘਾਟਾ ਜਿਹੜਾ ਕਬੱਡੀ ਜਗਤ ਨੂੰ ਪਿਆ ਅਜਿਹਾ ਕਬੱਡੀ ਪ੍ਰੇਮੀਆਂ ਦਾ ਜਿਹੜਾ ਕਹਿਣਾ ਆ ਜੀ ਗੱਲ ਕਰੀਏ ਸਰੀ ਸ਼ਹਿਰ ਦੀ ਸਰੀ ਸ਼ਹਿਰ ਦੀਆਂ ਮਿਊਸਪਲ ਚੋਣਾਂ ਅਕਤੂਬਰ ਦੇ ਅੱਧੇ ਵਿੱਚ ਹੋਣੀਆਂ ਨੀਅਤ ਆ ਪਰ ਹੁਣ ਤੋਂ ਹੀ ਮਾਹੌਲ ਜਿਹੜਾ ਕਾਫੀ ਗਰਮਾ ਗਿਆ ਆ ਮਰਗਵੀ ਇਹ ਕਈ ਵਾਰੀ ਗੱਲ ਕਹੀ ਹੈ ਕਿ ਸ੍ਰੀ ਇੱਕ ਬਹੁਤ ਵੱਡਾ ਵੱਧਦਾ ਹੋਇਆ ਸ਼ਹਿਰ ਆ ਤੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਜੇਕਰ ਸਾਡਾ ਮੇਅਰ ਹੋਵੇ ਤਾਂ ਅਸੀਂ ਆਪਣੇ ਹਿਸਾਬ ਦੇ ਨਾਲ ਸ਼ਾਇਦ ਕਨਵਿੰਸ ਕਰਕੇ ਸਿਟੀ ਨੂੰ ਚਲਾ ਸਕਦੇ ਆ ਤੇ ਇਸ ਵਾਸਤੇ ਬਹੁਤ ਸਾਰੀ ਜ਼ੋਰ ਅਜ਼ਮਾਈ ਜਿਹੜੀ ਆ ਹੋ ਰਹੀ ਆ ਅੱਗੇ ਕੀ ਦੱਸ ਸਕਾਂ ਵੀ 2 ਜਾਂ 3 ਸਲਿੱਟਾਂ ਪ੍ਰਮੁੱਖ ਤੌਰ ਦੇ ਉੱਤੇ ਆਉਂਦੀਆਂ ਸਿਗੀਆਂ ਪ੍ਰੈਸ ਵਾਰੀ ਲੱਗਦਾ ਕਿ ਮੁਕਾਬਲਾ ਪੰਜ ਗੋਨਾ ਹੋ ਸਕਦਾ ਆ ਮੇਅਰ ਜਿਹੜੇ ਮੌਜੂਦਾ ਨੇ ਡੱਗ ਮੁਕਰਮ ਉਹ ਪਹਿਲਾਂ ਹੀ ਕਹਿ ਚੁੱਕੇ ਆ ਵੀ ਉਹਨਾਂ ਨੇ ਦੁਬਾਰਾ ਇਲੈਕਸ਼ਨ ਉਹਨਾਂ ਨੇ ਤੇ ਉਹਨਾਂ ਦੀ ਕੌਂਸਲ ਨੇ ਲੜਨੀ ਆ ਉਹਨਾਂ ਦੇ ਨਾਲ ਹੀ ਚੋਣ ਲੜ ਕੇ ਅੱਡ ਹੋਏ ਬ੍ਰੈਂਡਾ ਲੋਕ ਜੈ ਖੰਡਲ ਸਰੀ ਕਨੈਕਟਰ ਨਾਂ ਦੀ ਇੱਕ ਹੋਰ ਅੱਧਰ ਖੜੀ ਕਰਕੇ ਚੋਣ ਲੜ ਰਹੇ ਆ ਤੇ ਕੱਲ ਐਨਡੀਪੀ ਦੀ ਵਿਧਾਇਕ ਸਾਬਕਾ ਮੰਤਰੀ ਜਿਨੇ ਸਹਿਮਜ ਨਹੀਂ ਵੀ ਇਸ ਮੈਦਾਨ ਦੇ ਵਿੱਚ ਆਉਣ ਦਾ ਫੈਸਲਾ ਜਿਹੜਾ ਜੀ ਕਰ ਲਿਆ ਕੱਲ ਉਹਨਾਂ ਨੇ ਬਕਾਇਦਾ ਇੱਕ ਵੱਡਾ ਇਕੱਠ ਕਰਕੇ ਅੱਧੇ ਵਿੱਚ 400 ਤੋਂ ਉੱਪਰ ਲੋਕ ਜਿਹੜੇ ਸ਼ਾਮਿਲ ਸੀਗੇ ਇਹ ਐਲਾਨ ਕੀਤਾ ਕਿ ਸਰੀ ਦੇ ਮੇਅਰ ਦੇ ਅਹੁਦੇ ਦੀ ਚੋਣ ਜਿਹੜੀ ਆ ਉਹ ਲੜਨਗੇ ਤੇ ਇਸ ਵਾਰ ਸਿਰ ਉਹਨੇ ਚਾਰ ਕਾਉਂਸਲ ਮੈਂਬਰ ਜਿਹੜੇ ਆ ਉਹ ਕੈਂਡੀਡੇਟ ਆ ਉਹ ਵੀ ਨਾਲ ਦਿੱਤੇ ਜਿਹਨਾਂ ਵਿੱਚ ਜੂਨ ਲਿਉ ਜਿੰਬਨੇਟ ਰੇਮਨ ਬੈਂਡੋਂਗ ਅਤੇ ਤ੍ਰੀਸਾ ਪੈਡਕੋਕ ਸ਼ਾਮਲਿਆ ਇਹ ਫਿਲੀਪੀਨੋ ਜਾਪਾਨੀ ਭਾਈਚਾਰਿਆਂ ਦੇ ਨਾਲ ਤੇ ਹੋਰ ਕਮਿਊਨਿਟੀਜ਼ ਦੇ ਨਾਲ ਸੰਬੰਧ ਰੱਖਦੇ ਆ ਬਾਕੀ ਹਲੇ ਹੋਰ ਕੈਂਡੀਡੇਟ ਜਿਹੜੇ ਕਾਉਂਸਲ ਦੇ ਆ ਉਹ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਉਹ ਹੋ ਦੇਣਗੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਇਹੀ ਕਿਹਾ ਕਿ ਜਿਹੜਾ ਸਰੀ ਦਾ ਸਿਟੀ ਹਾਲ ਆ ਉਹ ਕਹਿੰਦੇ ਵੀ ਇਹਦੇ ਵਿੱਚ ਕਾਫੀ ਕੰਮ ਖਰਾਬ ਹੋ ਚੁੱਕਾ ਹੈ ਕੰਮ ਸਹੀ ਨਹੀਂ ਹੋ ਰਿਹਾ ਉਹ ਕਹਿੰਦੇ ਦੋ ਧੜੇ ਬਣੇ ਹੋਏ ਆ ਇੱਕ ਮੇਰ ਡਗਮ ਕਲਮ ਹੁਣਾਂ ਦਾ ਇੱਕ ਜਿਹੜੇ ਉਹਨਾਂ ਦੇ ਵਿੱਚ ਟੁੱਟ ਕੇ ਵਿਰੋਧੀ ਬਣੇ ਆ ਉਹ ਆਪਸ ਵਿੱਚ ਇਹ ਲੜੀ ਜਾ ਰਹੇ ਪਰ ਲੋਕਾਂ ਦੇ ਹੱਕਾਂ ਲਈ ਲੜਨ ਵਾਲਾ ਕਹਿੰਦੇ ਉੱਤੇ ਕੋਈ ਨਹੀਂ ਹੈਗਾ ਇਸ ਕਰਕੇ ਉਹ ਚਾਹੁੰਦੇ ਆ ਕਿ ਸਿਟੀ ਹਾਲ ਦੇ ਵਿੱਚ ਪਾਰਦਰਸ਼ਤਾ ਲਿਆਉਣ ਵਾਸਤੇ ਫੇਅਰਨੈਸ ਲਿਆਉਣ ਦੇ ਵਾਸਤੇ ਤੇ ਸਿਟੀ ਨੂੰ ਹੋਰ ਅੱਗੇ ਵਧਾਉਣ ਦੇ ਵਾਸਤੇ ਉਹ ਇੱਥੇ ਆਉਣ ਜਦੋਂ ਪੱਤਰਕਾਰਾਂ ਨੇ ਉਹਨੂੰ ਪੁੱਛਿਆ ਕਿਹੜਾ ਸਭ ਤੋਂ ਵੱਡਾ ਮਸਲਾ ਇਸ ਵੇਲੇ ਆਹੋ ਸਰੀ RCMP ਵਸਸ ਸਰੀ ਪੁਲਿਸ ਦਾ ਬਣਿਆ ਹੋਇਆ ਸਰੀ RCMP ਨੂੰ ਖਤਮ ਕਰਕੇ ਸਰੀ ਪੁਲਿਸ ਜਿਹੜੀ ਆ ਰਹੀ ਆ ਤੇ ਜੇਕਰ ਉਹ ਮੇਰ ਬਣਦੇ ਤਾਂ ਉਹਨਾਂ ਦਾ ਇਸ ਮਸਲੇ ਦੇ ਵਿੱਚ ਕੀ ਫੈਸਲਾ ਹੋਊਗਾ ਕਿ ਉਹ ਸਰੀ RCMP ਨੂੰ ਰੱਖਣਾ ਚਾਹਣਗੇ ਜਾਂ ਫਿਰ ਜਿਹੜੀ ਸਰੀ ਪੁਲਿਸ ਨਵੀਂ ਬਣ ਗਈ ਆ ਉਹਨਾਂ ਦੇ ਅਧਿਕਾਰੀ ਜਿਹੜੇ ਆਲਰੇਡੀ ਪੈਟਰੋਲ ਕਰਨ ਲੱਗੇ ਆ ਉਹਨੂੰ ਉਹ ਹੀ ਕੈਰੀ ਆਨ ਕੀਤਾ ਜਾਊਗਾ ਤਾਂ ਇਸ ਦਾ ਕੋਈ ਟੁਕਮਾ ਜਵਾਬ ਜਿਹੜਾ ਨਹੀਂ ਦੇ ਸਕੇ ਉਹਨਾਂ ਨੇ ਗੱਲ ਜਿਹੜੀ ਆ ਗੂਲ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਵੀ ਮੈਂ ਇਸ ਵਾਰ ਸੇ ਹੋਰ ਸਟੱਡੀ ਕਰੂੰਗੀ ਤੇ ਜੋ ਲੋਕ ਚਾਹਣਗੇ ਉਹ ਕਰੂੰਗੀ ਸੋ ਇਸ ਮਾਸਲੇ ਦੇ ਉੱਤੇ ਬਿਲਕੁਲ ਵੀ ਸਪਸ਼ਟ ਜਿਹੜੇ ਆ ਨਹੀਂ ਹੈਗੇ ਮਤਲਬ ਕਿ ਪਹਿਲੀਆਂ ਦੋਤਰ ਆਇਆ ਦਾਕਮ ਕੱਲਮ ਹੋਣੀ ਜਿਹੜਾ ਸਰੀ ਵਾਸੀਆਂ ਦਾ ਸੁਪਨਾ ਸਾਕਾਰ ਕੀਤਾ ਕਿ ਅਸੀਂ ਆਪਣੀ ਪੁਲਿਸ ਜਿਹੜੀ ਹੈ ਲੈ ਕੇ ਆਉਣੀ ਆ ਦੂਜੇ ਪਾਸੇ ਬ੍ਰੈਂਡਾ ਲੋਕ ਜਿਹੜੇ ਆ ਉਹ ਕਹਿ ਰਿਹਾ ਵੀ ਜੇ ਮੈਂ ਆਈ ਤਾਂ ਮੈਂ ਇੱਕ ਫੈਸਲਾ ਉਲਟਾ ਦਵਾਂਗੀ ਤੇ ਸਰੀ RCMP ਨੂੰ ਇੱਥੇ ਲੈ ਕੇ ਆਉਂਗੀ ਸੋ ਜਿਹੜਾ ਜਿਨੀ ਸੈਮਸ ਹੋਣੀ ਆ ਉਹ ਬਿਲਕੁਲ ਹੀ ਗੱਲ ਗੋਲ ਕਰ ਗਿਆ ਉਹਨਾਂ ਨੇ ਕੋਈ ਵੀ ਇਸ ਮਸਲੇ ਦੇ ਉੱਤੇ ਆਪਣਾ ਸਟੈਂਡ ਜਿਹੜਾ ਆ ਉਹ ਨਹੀਂ ਰੱਖਿਆ ਹੈਗਾ ਸੁਖਤਾਲੀ ਵਾਲ ਸਾਡੇ ਸਰੀ ਨਿਊਟਨ ਹਲਕੇ ਤੋਂ ਐਮਪੀ ਐ ਉਹ ਵੀ ਪੂਰੇ ਜ਼ੋਰ ਅਜ਼ਮਾਈ ਜਿਹੜੀ ਸਲਕੇ ਤੋਂ ਕਰ ਰਹੇ ਆ ਮੀਟਿੰਗਾਂ ਰੋਜ਼ ਚੱਲ ਰਹੀਆਂ ਨਾਲ ਉਹਨਾਂ ਦੇ ਐਨਡੀਪੀ ਦੇ ਸਾਥੀ ਆ ਜਿਹੜੇ ਐਮਪੀ ਜਸਵੀਰ ਸੰਧੂ ਹੁਣੀ ਆ ਕੁਝ ਹੋਰ ਸਾਥੀ ਆ ਆਸ ਜਤਾਈ ਜਾ ਰਹੀ ਆ ਕਿ ਉਹ ਵੀ ਬਹੁਤ ਜਲਦ ਸ਼ਾਇਦ ਜੂਨ ਦੇ ਅਖੀਰ ਤੱਕ ਆਪਣੀ ਸਲੀਟ ਆਪਣਾ ਪਲੇਟਫਾਰਮ ਜਿਹੜਾ ਅਨਾਉਂਸ ਕਰ ਸਕਦੇ ਆ ਉਹ ਵੀ ਚਾਹ ਰਹੇ ਆ ਕਿ ਉਹ ਸਰੀ ਦੇ ਮੇਅਰ ਦੀ ਚੋਣ ਲੜਨ ਇਸ ਤੋਂ ਇਲਾਵਾ ਜਿਹੜਾ ਪੁਰਾਣਾ ਗਰੁੱਪ ਹੋਇਆ ਕਰਦਾ ਸੀਗਾ ਮੇਅਰ ਡਗ ਮੁਕੱਲਮ ਤੋਂ ਪਹਿਲਾਂ ਦਾ ਅ ਜਿਹਦੇ ਵਿੱਚ ਟੌਮ ਗਿਲ ਲਿੰਡਾ ਹੈਪਨਰ ਡਾਇਨਾਵਰਸ ਤੇ ਹੁਣ ਉਸੇ ਗਰੁੱਪ ਦੀ ਰਿਪਰੈਜ਼ੈਂਟੇਸ਼ਨ ਇੱਕ ਕਾਉਂਸਲ ਵਜੋਂ ਲਿੰਡਾ ਐਨਸ ਕਰ ਰਹੀ ਹੈ ਕਿਉਂਕਿ ਕੋਈ ਉਹਨਾਂ ਦਾ ਜਿਹੜਾ ਉਮੀਦਵਾਰ ਆ ਉਹ ਜਿੱਤਿਆ ਸੀਗਾ ਉਹ ਵੀ ਇਕੱਠੇ ਹੋ ਰਹੇ ਆ ਗੋਡੀ ਹੌਗ ਸਾਬਕਾ ਐਮਪੀ ਸਾਬਕਾ ਐਮਐਲਏ ਉਹ ਵੀ ਰੋਜ਼ ਮੀਟਿੰਗਾਂ ਕਰ ਰਹੇ ਆ ਸੋ ਇੱਕ ਪੰਜਵੀਂ ਤਿਆਰ ਬਣਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਆ ਸੋ ਜੇਕਰ ਸਾਰੀਆਂ ਧਿਰਾਂ ਇਕੱਠੀਆਂ ਹੁੰਦੀਆਂ ਤਾਂ ਫਿਰ ਪੰਜ ਕੋਨਾ ਮੁਕਾਬਲਾ ਹੋ ਸਕਦਾ ਆ ਜਿਦੇ ਵਿੱਚ ਤਿੰਨ ਧਿਰਾਂ ਨੂੰ ਪੰਜਾਬੀਆਂ ਦੀਆਂ ਵੋਟਾਂ ਪੈਣਗੀਆਂ ਦੋ ਤੇ ਰਾਜੜੀਆਂ ਆ ਉਹ ਗੋਰਿਆਂ ਦੀਆਂ ਵੋਟਾਂ ਤੇ ਨਿਰਭਰ ਹੋਣਗੀਆਂ ਸੋ ਮੁੱਖ ਮਸਲਾ ਜਿਹੜਾ ਉਹ ਇਹ ਹੋਣਾ ਆ ਵੀ ਕਿਹਨੂੰ ਕਿੰਨੀਆਂ ਵੋਟਾਂ ਮਿਲਦੀਆਂ ਸ਼ਾਇਦ ਇਸ ਕਰਕੇ ਮੇਅਰ ਨਾ ਬਣੇ ਕਿਹੜਾ ਕਿਹਦੀਆਂ ਕਿੰਨੀਆਂ ਵੋਟਾਂ ਪੰਨ ਜਾਂਦਾ ਆ ਕੱਟ ਜਾਂਦਾ ਆ ਤੇ ਕੀ ਨੂੰ ਜਤਾ ਜਾਂਦਾ ਆ ਇਹ ਇੱਕ ਵੱਡਾ ਮਸਲਾ ਹੋ ਸਕਦਾ ਜਿੱਤ ਹਾਰ ਦਾ ਸੋ ਸਰੀ ਦੀ ਚੋਣ ਜੰਗ ਜਿਹੜੀ ਆ ਕਾਫੀ ਘਰਮਾ ਰਹੀ ਹੈ ਜੀ ਇਸ ਦੇ ਨਾਲ ਹੀ ਦੁਨੀਆ ਪੱਧਰ ਤੇ ਮਹਿਸੂਸ ਕੀਤਾ ਜਾ ਰਿਹਾ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਜਿਹੜੀ ਆ ਬਹੁਤ ਕਮੀ ਆ ਗਈ ਆ ਜਿਸ ਕਰਕੇ ਕੀਮਤਾਂ ਜਿਹੜੀਆਂ ਕਾਫੀ ਤਾਂ ਚਲੀਆਂ ਗਈਆਂ ਇਹ ਪੂਰੇ ਵਰਲਡ ਵਾਈਡ ਫੈਨੋਮਨਾ ਹੀ ਹੈਗਾ ਆ ਇਹਦੇ ਜਿਹੜੇ ਕਾਰਨ ਲੱਭੇ ਜਾ ਰਹੇ ਉਹਨਾਂ ਚ ਸਭ ਤੋਂ ਵੱਡਾ ਕਾਰਨ ਮੌਸਮ ਆ ਉਸ ਤੋਂ ਦੂਜਾ ਵੱਡਾ ਕਾਰਨ ਕੋਵਿਡ ਰਿਹਾ ਜੀ ਤੇ ਤੀਜਾ ਵੱਡਾ ਕਾਰਨ ਜਿਹੜਾ ਯੂਕਰੇਨ ਅਤੇ ਰੂਸ ਦੀ ਜਿਹੜੀ ਜੰਗ ਚੱਲ ਰਹੀ ਆ ਉਹ ਆ ਹੁਣ ਜਿਹੜਾ ਮੌਸਮ ਆ ਉਹ ਇਸ ਤਰ੍ਹਾਂ ਹੋ ਗਿਆ ਕਿ ਪੂਰੀ ਦੁਨੀਆ ਦੇ ਵਿੱਚ ਜਿਹੋ ਜਿਹਾ ਪਹਿਲਾਂ ਹੁੰਦਾ ਸੀਗਾ ਉਹ ਜਾਨੀ ਬਦਲ ਰਿਹਾ ਆ ਉਹਦੇ ਸਿੱਧਾ ਅਸਰ ਜਿਹੜਾ ਆ ਉਹ ਫਸਲਾਂ ਤੇ ਪੈ ਰਿਹਾ ਕਈ ਵਾਰੀ ਕੀ ਹੁੰਦਾ ਕਿ ਫਸਲ ਪੱਕ ਜਾਂਦਿਆਂ ਲਾਗੇ ਜਾ ਕੇ ਗਰਮੀ ਬਹੁਤ ਵਧੇ ਜਾਂਦੀ ਆ ਹੁਣ ਜਿਹੜੇ ਕਿਸਾਨੀ ਕਰਦੇ ਆ ਉਹਨਾਂ ਨੂੰ ਪਤਾ ਵੀ ਜਦੋਂ ਕਣਕ ਇਦਾਂ ਹੋ ਜਾਵੇ ਪਹਿਲਾਂ ਗਰਮੀ ਪੈ ਜਾਵੇ ਉਹਨੂੰ ਕਹਿੰਦੇ ਕਣਕ ਜਿਹੜੀ ਹੱਲ ਗਈ ਆ ਦਾਣਾ ਸੁੱਕ ਗਿਆ ਆ ਸੋਇਆ ਜਿੱਹਾ ਬਹੁਤਾਂ ਹੀ ਹੋਇਆ ਚੀਨ ਦੇ ਵਿੱਚ ਇਸ ਕਰਕੇ ਝਾੜ ਬਹੁਤ ਘਟੇ ਆ ਪੰਜਾਬ ਅਤੇ ਹਰਿਆਣਾ ਵਿੱਚ ਲਗਾਤਾਰ 2 ਸਾਲ ਤੋਂ ਜਿਹੜਾ ਹੋ ਰਿਹਾ ਆ ਤੇ ਇਹ ਜਿਹੜੇ ਮੁਲਕ ਆ ਇਹ ਵੱਡੀ ਕਣਕਪੂਲ ਕਰਦੇ ਆ ਦੁਨੀਆ ਦੇ ਵਿੱਚ ਇਸ ਤਰ੍ਹਾਂ ਹੋਰ ਲੱਗੇ ਆ ਜਿਵੇਂ ਕਿ ਬ੍ਰਾਜ਼ੀਲ ਇਹ ਤੇ ਸੋਇਆ ਬੀਨ ਦੀ ਫਸਲ ਬਹੁਤ ਹੁੰਦੀ ਆ ਸੋਇਆ ਬੀਨ ਜਿਹੜਾ ਆ ਉਹ ਗਾਂ ਫਿਰ ਪਸ਼ੂਆਂ ਦੀ ਖਰਾਕ ਵਿੱਚ ਵਰਤਿਆ ਜਾਂਦਾ ਬੰਦਿਆਂ ਦੀਆਂ ਕਈ ਖਰਾਕਾਂ ਵਿੱਚ ਵਰਤਿਆ ਜਾਂਦਾ ਉਹਦੀ ਵੱਡੀ ਘਾਟ ਜਿਹੜੀ ਆ ਹੋ ਰਹੀ ਆ ਤੇ ਇਸ ਦੇ ਨਾਲ ਹੀ ਯੂਕਰੇਨ ਜਿਹੜਾ ਆ ਉੱਥੇ ਵੀ ਅਸਰ ਪਿਆ ਜੰਗ ਦੇ ਕਰਕੇ ਹੁਣ ਇੱਕ ਪਾਸੇ ਦਾ ਮੌਸਮ ਕਰਕੇ ਨੁਕਸਾਨ ਹੋ ਰਿਹਾ ਜਿਵੇਂ ਹੁਣ ਫੋਰ ਐਗਜ਼ਾਮਪਲ ਬੀਸੀ ਦੀ ਗੱਲ ਕਰ ਲਈਏ ਬੀਸੀ ਦੇ ਵਿੱਚ ਜਿਹੜੇ ਆਲੂ ਉਤਪਾਦਕ ਆ ਉਹ ਇਹ ਕਹਿ ਰਹੇ ਆ ਕਿ ਮੌਸਮ ਖੁਸ਼ਕਵਾਰ ਨਹੀਂ ਹੈਗਾ ਮੀਂਹ ਪੈਣਾ ਨਹੀਂ ਛੱਡਦਾ ਅਜੇ ਤੱਕ ਇਸ ਕਰਕੇ ਆਲੂਆਂ ਦੀ ਸਮੇਂ ਸਿਰ ਬਜਾਈ ਨਹੀਂ ਜਿਹੜੀ ਹੋ ਰਹੀ ਤੁਹੇ ਪਾਸੇ ਜਿਹੜਾ 베ਰੀ ਆ ਉਹਦਾ ਸੀਜ਼ਨ ਸ਼ੁਰੂ ਹੁੰਦਾ ਹੁੰਦਾ ਤੇ ਉਹਦੇ ਵਾਸਤੇ ਜਿਹੜਾ ਮੀਂਹ ਇੰਨਾ ਪੈਣਾ ਆ ਉਹ ਨੁਕਸਾਨ ਦੇ ਦੱਸਿਆ ਜਾ ਰਿਹਾ ਕਹਿੰਦੇ ਪੂਰਾ ਫਰੂਟ ਨਹੀਂ ਜਿਹੜਾ ਏਦਕੀ ਲੱਗਣਾ ਸੋ ਓਕਨਾ ਕੰਦੇ ਵਿੱਚ ਜਿਹੜੇ ਐਪਲ ਜਾਂ ਸੇਬ ਉਤਪਾਦਕ ਆ ਚੈਰੀ ਉਤਪਾਦਕ ਆ ਉਹ ਵੀ ਪਿਛਲੇ ਸਾਲ ਦੇ ਰੋਈ ਜਾਂਦੇ ਆ ਕਹਿੰਦੇ ਫਸਲ ਜਿਹੜੀ ਚੰਗੀ ਨਹੀਂ ਹੋਈ ਏਦਕੀ ਵੀ ਜਿਹੜਾ ਆ ਝਾੜ ਕੋਈ ਬਹੁਤਾ ਹੋਣ ਦੇ ਆਸਾਰ ਨਹੀਂ ਹੈਗੇ ਸੋ ਜਦੋਂ ਆਪਾਂ ਸਾਰੀਆਂ ਗੱਲਾਂ ਨੂੰ ਮਿਲਾ ਕੇ ਦੇਖਦੇ ਹਾਂ ਤਾਂ ਗੱਲ ਸਮਝ ਆਉਂਦੀ ਆ ਕਿ ਕਿਤਨਾ ਕਦੇ ਪੈਦਾਵਾਰ ਜਿਹੜੀ ਘਟ ਰਹੀ ਆ ਕੈਲੀਫੋਰਨੀਆ ਦੇ ਵਿੱਚ ਬਾਦਾਮ ਬਹੁਤ ਹੁੰਦਾ ਪਰ ਬਹੁਤ ਥਾਂ ਹੀ ਖਾਸ ਕਰਕੇ ਸਾਊਥ ਕੈਲੀਫੋਰਨੀਆ ਦੇ ਵਿੱਚ ਪਾਣੀ ਦੀ ਘਾਟ ਕਰਕੇ ਪਾਬੰਦੀਆਂ ਲਾ ਲਤੀਆਂ ਜਾਂ ਵੀ ਜੇ ਕਿਸੇ ਦਾ 100 ਏਕੜ ਬਾਦਾਮ ਆ ਤਾਂ ਸਿਰਫ 17 ਜਾਂ 80ਆਂ ਖੇਤਾਂ ਨੂੰ ਪਾਣੀ ਲਾ ਸਕਦੇ ਆ ਬਾਕੀਆਂ ਨੂੰ ਨਹੀਂ ਲਾ ਸਕਦੇ ਸੋ ਇਹ ਪੈਦਾਵਾਰ ਜਿਹੜੀ ਆ ਘਟ ਰਹੀ ਆ ਤੇ ਯੂਕਰੇਨ ਜਿਹੜਾ ਲੜਾਈ ਕਰਕੇ ਉੱਥੇ ਰਸ਼ੀਆ ਦੀਆਂ ਤੇ ਯੂਕਰੇਨ ਦੀਆਂ ਬੰਦਰਗਾਹਾਂ ਉਹਨਾਂ ਦੇ ਸਮਾਨ ਬਹੁਤ ਪਿਆ ਬਾਹਰ ਨਹੀਂ ਜਾ ਰਿਹਾ ਤੇ ਇਸ ਦੇ ਨਾਲ ਹੀ ਰਸ਼ੀਆ ਦੇ ਉੱਤੇ ਪਾਬੰਦੀਆਂ ਬਹੁਤ ਲੱਗੀਆਂ ਉਹਦੇ ਕਰਕੇ ਜਿਹੜਾ ਸਮਾਨ ਬਾਹਰ ਭੇਜਦਾ ਸੀ ਖਾਨ ਵਾਲਾ ਉਹ ਨਹੀਂ ਜਾ ਰਿਹਾ ਤੁਹਾਨੂੰ ਹੈਰਾਨੀ ਹੋਊਗੀ ਕਿ ਯੂਕਰੇਨ ਦੇ ਵਿੱਚੋਂ ਜਿਹੜੀ ਆ ਗਲੋਬਲ ਮਾਰਕੀਟ ਦੇ ਵਿੱਚ 9% ਕਣਕ ਜਾਂਦੀ ਆ ਜਿਹਨੇ ਦੁਨੀਆ ਦੇ ਵਿੱਚ ਕਣਕ ਹੁੰਦੀ ਆ ਉਹਦਾ 9% ਤੇ 100 ਕੱਲੇ ਯੂਕਰੇਨ ਦੇ ਵਿੱਚ ਹੁੰਦਾ ਤੇ ਜਿਹੜਾ ਸਨਫਲਾਵਰ ਆਇਲ ਐ ਸੂਰਜਮੁਖੀ ਦਾ ਤੇਲ ਆ ਸਿਰਫ ਤੇ ਸਿਰਫ ਯੂਕਰੇਨ ਜਿਹੜਾ ਕੱਲਾ ਹੀ 42% ਜਿਹੜਾ ਆ ਉਹ ਪੈਦਾ ਕਰਦਾ ਸੋ ਇਸ ਕਰਕੇ ਜਿਹੜਾ ਕਾਫੀ ਪ੍ਰੋਬਲਮ ਉੱਥੇ ਆ ਰਹੀ ਆ ਦੁਨੀਆ ਦੀ 16% ਮੱਕੀ ਜਿਹੜੀ ਕੁੱਲ ਪੈਦਾਵਾਰ ਆ ਉਹ ਯੂਕਰੇਨ ਦੇ ਵਿੱਚ ਹੋ ਰਹੀ ਆ ਇੰਡੋਨੇਸ਼ੀਆ ਆ ਉਹਨੇ ਪਾਮ ਆਇਲ ਜਿਹੜਾ ਉਹ ਬੈਨ ਕਰਤਾ ਵੀ ਬਾਹਰ ਨਹੀਂ ਅਸੀਂ ਭੇਜਣਾ ਹੈਗਾ ਪਾਮ ਆਇਲ ਤੋਂ ਬਿਨਾ ਨਾ ਕੇਕ ਬਣਨੇ ਆ ਨਾ ਮਫਨ ਬਣਨੇ ਆ ਨਾ ਮਾਰਜਨ ਕੇਕ ਵਗੈਰਾ ਜਿਹੜੇ ਨਕਲੀ ਬਣਦੇ ਆ ਉਹ ਬਣਨੇ ਆ ਸੋ ਇਹ ਕਾਫੀ ਪ੍ਰੋਬਲਮ ਜਿਹੜੀਆਂ ਸਾਰੇ ਦੁਨੀਆ ਦੇ ਵਿੱਚ ਆ ਰਹੀਆਂ ਆ ਤੇ ਮਾਹਰ ਕਹਿੰਦੇ ਆ ਵੀ ਅਸੀਂ ਕੋਵਿਡ ਤੋਂ ਤਾਂ ਨਿਕਲ ਚੁੱਕੇ ਆ ਜੁਕ੍ਰੇਨ ਰੂਸ ਚੰਗ ਦਾ ਵੀ ਕੋਈ ਨਾ ਕੋਈ ਹੱਲ ਨਿਕਲ ਸਕਦਾ ਪਰ ਮੌਸਮ ਹੈ ਉਹਦਾ ਕੋਈ ਹੱਲ ਜਿਹੜਾ ਕੱਢਣਾ ਸਾਡੇ ਵਸ ਦੀ ਗੱਲ ਨਹੀਂ ਹੈਗੀ ਜਿੰਨਾ ਚਿਰ ਕੁਦਰਤ ਮਿਹਰਬਾਨ ਨਹੀਂ ਹੁੰਦੀ ਮੌਸਮ ਸਹੀ ਨਹੀਂ ਹੁੰਦੇ ਫਸਲਾਂ ਦੇ ਝਾੜ ਜਿਹੜੇ ਕੁਦਰਤੀ ਤੌਰ ਦੇ ਉੱਤੇ ਨਹੀਂ ਵਧਦੇ ਜਿਹੜੀ ਆ ਅਨਾਜ ਦੀ ਘਾਟ ਦੁਨੀਆ ਵਾਸਤੇ ਇੱਕ ਵੱਡਾ ਚੈਲੰਜ ਜਿਹੜੀ ਆ ਬਣ ਜਾਣੀ ਆ ਤੇ ਇਹ ਵੀ ਕਿਹਾ ਜਾ ਰਿਹਾ ਕਿ ਦੁਨੀਆ ਦੀ 30% ਤੋਂ ਲੈ ਕੇ 40% ਜਿਹੜੀ ਆ ਕੁੱਲ ਅਨਾਜ ਦੀ ਪੈਦਾਵਾਰ ਅਗਲੇ ਸਾਲਾਂ ਵਿੱਚ ਸਿਰਫ ਸਿਰਫ ਮੌਸਮ ਦੀ ਖਰਾਬੀ ਕਰਕੇ ਘਟ ਜਾਣੀ ਆ ਜਿਹੜੀ ਕਿ ਸਾਡੇ ਸਾਰਿਆਂ ਵਾਸਤੇ ਵੱਡੀ ਚਿੰਤਾ ਦੀ ਗੱਲ ਹੈਗੀ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰ ਤੋਂ ਤੇ ਜਾਂਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਬੇਸ਼ੱਕ ਇਹ ਬਣਾਈ ਪੰਜਾਬ ਦੇ ਵਾਸਤੇ ਸੀਗੀ ਪੰਜਾਬ ਦੇ ਭਲੇ ਲਈ ਬਣਾਈ ਸੀਗੀ ਪਰ ਮੁੱਢ ਤੋਂ ਇਹਦੇ ਉੱਤੇ ਪਹਿਲਾਂ ਆਰਿਆ ਸਮਾਜੀਆਂ ਦਾ ਕਬਜ਼ਾ ਰਿਹਾ ਤੇ ਹੁਣ ਇਹਦੇ ਉੱਤੇ ਆਰਐਸਐਸ ਦੇ ਜਿਹੜੇ ਸਮਰਥਕ ਸੰਘ ਹੀ ਆ ਉਹ ਆਪਣੀਆਂ ਨੀਤੀਆਂ ਜਿਹੜੀਆਂ ਉਹਦੇ ਹਿਸਾਬ ਨਾਲ ਚਲਾ ਰਹੇ ਆ ਤੇ ਹੁਣ ਤਾਂ ਇਹ ਤੋਂ ਖੋਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਇਸ ਵਾਸਤੇ ਵਿਦਿਆਰਥੀ ਜਿਹੜੇ ਸੰਘਰਸ਼ ਕਰ ਰਹੇ ਆ ਚਾਹੀਦਾ ਤਾਂ ਇਹ ਸੀਗਾ ਕਿ ਸਿਆਸੀ ਪਾਰਟੀਆਂ ਸੰਘਰਸ਼ ਕਰਦੀਆਂ ਚੰਡੀਗੜ੍ਹ ਦੇ ਲੋਕ ਸੰਘਰਸ਼ ਕਰਦੇ ਪੰਜਾਬ ਦੇ ਲੋਕ ਸੰਘਰਸ਼ ਕਰਦੇ ਪਰ ਸ਼ਾਇਦ ਇਹਨਾਂ ਦੇ ਵਾਸਤੇ ਇਹ ਕੋਈ ਬਹੁਤਾ ਜਿਹੜਾ ਕਹ ਲੋ ਵੀ ਵੱਡਾ ਮੁੱਦਾ ਨਹੀਂ ਹੈਗਾ ਉਹ 10 ਵਿਦਿਆਰਥੀ ਜਥੇਬੰਦੀਆਂ ਨੇ ਇਸ ਸੰਬੰਧੀ ਇੱਕ ਸੰਘਰਸ਼ ਵਿੱਢਿਆ ਇਸ ਤੋਂ ਪਹਿਲਾਂ ਕਿਹਾ ਅਗਲੀ ਗੱਲ ਕਰਦੇ ਗਏ ਪਹਿਲਾਂ ਇਹ ਵਿਦਿਆਰਥੀ ਕਹਿ ਕੀ ਰਹੇ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ ਕੀ ਆ ਇਹ ਕਿੱਦਾਂ ਪੰਜਾਬ ਦੇ ਪੁਰਾਣੇ ਮਸਲਿਆਂ ਨਾਲ ਜੁੜਿਆ ਹੋਇਆ ਇੱਕ ਵਿਦਿਆਰਥਣ ਦੀ ਜ਼ੁਬਾਨੀ ਪਹਿਲਾਂ ਤੁਹਾਨੂੰ ਹੁਣੇ ਇੱਕ ਵੀਡੀਓ ਦੇ ਰੂਪ ਸੁਣਾਉਣੀ ਹੈ ਜੀ ਦੋਸਤੋ ਇੱਕ ਬਹੁਤ ਹੀ ਜ਼ਰੂਰੀ ਤੇ ਗੰਭੀਰ ਮਸਲਾ ਜਿਹਦੇ ਬਾਰੇ ਅੱਜ ਸਾਰੇ ਚੁੱਪ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹਦੇ ਨਾਲ ਪੰਜਾਬ ਦੇ 200 ਕਾਲਜ ਜੁੜੇ ਹੋਏ ਨੇ ਉਹਨੂੰ ਕੇਂਦਰ ਸਰਕਾਰ ਪੰਜਾਬ ਦੇ ਹੱਥੋਂ ਖੋਹਣ ਦੀਆਂ ਪੂਰੀਆਂ ਤਿਆਰੀਆਂ ਕਰ ਚੁੱਕੀ ਹੈ ਪੰਜਾਬ ਯੂਨੀਵਰਸਿਟੀ 1882 ਦੇ ਵਿੱਚ 147 ਸਾਲ ਪੁਰਾਣੀ ਯੂਨੀਵਰਸਿਟੀ ਲਾਹੌਰ ਦੇ ਵਿੱਚ ਸਾਡੇ ਪੁਰਖਿਆਂ ਨੇ ਬਣਾਈ ਸੀ ਤੇ ਵੰਡ ਵੀ ਸਾਡਾ ਉਸ ਯੂਨੀਵਰਸਿਟੀ ਨਾਲੋਂ ਨਾਤਾ ਨਾ ਤੋੜ ਸਕੀ ਸਾਡੇ ਇਧਰਲੇ ਪੰਜਾਬ ਦੇ ਲੋਕਾਂ ਨੇ ਮੋੜ ਇਸ ਯੂਨੀਵਰਸਿਟੀ ਨੂੰ ਖੜਾ ਕੀਤਾ 56 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਸ ਯੂਨੀਵਰਸਿਟੀ ਨੂੰ ਬਣਾਇਆ ਤੇ 66 ਦੇ ਵਿੱਚ ਕੇਂਦਰ ਨੇ ਇਸ ਯੂਨੀਵਰਸਿਟੀ ਨੂੰ ਜਿਵੇਂ ਚੰਡੀਗੜ੍ਹ ਨੂੰ ਆਪਦੇ ਅਧੀਨ ਕਰ ਲਿਆ ਇਸ ਯੂਨੀਵਰਸਿਟੀ ਨੂੰ ਇੱਕ ਸਾਂਝੀ ਯੂਨੀਵਰਸਿਟੀ ਬਣਾ ਕੇ ਰੱਖਤਾ ਤੇ ਅੱਜ ਜਦੋਂ ਪੰਜਾਬ ਦੀਆਂ ਇਥੋਂ ਪੀੜ੍hiyan ਪੜ ਕੇ ਨਿਕਲੀਆਂ ਨੇ ਇਸ ਯੂਨੀਵਰਸਿਟੀ ਨੇ ਪੰਜਾਬ ਨੂੰ ਅਨੇਕਾਂ ਹੀ ਵਿਦਵਾਨ ਇੱਥੇ ਖੋਜੀ ਕਲਾਕਾਰ ਤੇ ਸਮਾਜਿਕ ਕਾਰਕੁਨ ਦਿੱਤੇ ਨੇ ਪੰਜਾਬ ਦੇ ਖਿੱਤੇ ਲਈ ਭਾਸ਼ਾ ਲਈ ਸੱਭਿਆਚਾਰ ਲਈ ਸਦਾ ਹੀ ਇਸ ਯੂਨੀਵਰਸਿਟੀ ਨੇ ਕੰਮ ਕੀਤਾ ਹੈ ਤਾਂ ਉਦੋਂ ਇਹ ਕੇਂਦਰ ਸਰਕਾਰ ਆਪਦੇ ਹੱਥਾਂ ਦੇ ਵਿੱਚ ਇਸ ਯੂਨੀਵਰਸਿਟੀ ਨੂੰ ਲੈਣਾ ਚਾਹੁੰਦੀ ਹੈ ਤੇ ਫੇਰ ਇਸ ਯੂਨੀਵਰਸਿਟੀ ਦੇ ਵਿੱਚ ਹਿੰਦੀ Hindu ਹਿੰਦੁਸਤਾਨ ਦੇ ਨਾਰੇ ਦੇ ਹੇਠਾਂ ਫਰਕੂ ਕਰਨ ਦੀ ਭਾਗਵੇਂ ਕਰਨ ਦੀ ਜਿਹੜੀ ਸਿਆਸਤ ਹੈ ਉਹ ਖੇਢੀ ਜਾਊਗੀ ਜੇ ਇਹ ਕੇਂਦਰ ਦੇ ਹੱਥਾਂ ਵਿੱਚ ਜਾਂਦੀ ਹੈ ਤੇ ਜੇ ਇਸ ਤਰ੍ਹਾਂ ਹੁੰਦਾ ਤਾਂ ਪੰਜਾਬੀ ਸੂਬੇ ਦੇ ਲਈ ਪੰਜਾਬੀ ਭਾਸ਼ਾ ਦੇ ਲਈ ਇਸ ਯੂਨੀਵਰਸਿਟੀ ਦੇ ਲਈ ਜਿੰਨੇ ਲੋਕਾਂ ਦੀਆਂ ਕੁਰਬਾਨੀਆਂ ਆਏ ਉਹਨਾਂ ਨੂੰ ਬਰਬਾਦ ਕਰਨਾ ਹੋਊਗਾ ਜੇ ਅੱਜ ਅਸੀਂ ਤੇ ਤੁਸੀਂ ਮਿਲ ਕੇ ਇਸ ਯੂਨੀਵਰਸਿਟੀ ਨੂੰ ਕੇਂਦਰ ਦੇ ਹੱਥਾਂ ਦੇ ਵਿੱਚ ਜਾਣ ਦੇ ਦਿੰਦੇ ਆ ਜੇ ਇਹ ਯੂਨੀਵਰਸਿਟੀ ਅੱਜ ਸਾਡੇ ਹੱਥੋਂ ਜਾਂਦੀ ਹੈ ਤਾਂ ਚੰਡੀਗੜ੍ਹ ਨਾਲ ਜੁੜਦੀ ਇਹ ਆਖਰੀ ਕੜੀ ਪੰਜਾਬ ਦੀ ਇਹ ਹਮੇਸ਼ਾ ਲਈ ਕੇਂਦਰ ਸਰਕਾਰ ਤੋੜ ਦੇਊਗੀ ਤੇ ਜਿਵੇਂ ਕੇਂਦਰ ਸਰਕਾਰ ਕੱਲੀ ਯੂਨੀਵਰਸਿਟੀ ਨੂੰ ਲੈ ਕੇ ਨਹੀਂ ਆਦੀ ਕੇਂਦਰੀਕਰਨ ਦੀ ਧੁੱਸ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਭਾਵੇਂ ਪੰਜਾਬ ਵਿੱਚ ਬੀਐਸਐਫ ਦਾ ਘੇਰਾ 50 ਕਿਲੋਮੀਟਰ ਤੱਕ ਵਧਾਉਣਾ ਹੋਵੇ ਸਿਟਕੋ ਵਿੱਚੋਂ ਬੀਬੀਐਮਬੀ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨੀ ਹੋਵੇ ਚਾਹੇ ਆਪਾਂ ਚੰਡੀਗੜ੍ਹ ਵਿੱਚ ਕੇਂਦਰ ਦੇ ਸੀਐਨ ਸੇਵਾ ਨਿਯਮ ਲਾਗੂ ਕਰਨੇ ਹੋਣ ਉਸੇ ਕੜੀ ਦੇ ਤਹਿਤ ਹੁਣ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਸਰਕਾਰ ਹੈ ਜਿਹੜੀ ਉਹ ਖੋਹਣਾ ਚਾਹੁੰਦੀ ਹੈ ਪੰਜਾਬ ਦੀਆਂ ਸਾਰੀਆਂ ਹਾਕਮ ਪਾਰਟੀਆਂ ਅੱਜ ਵੀ ਇਸ ਮਸਲੇ ਤੇ ਚੁੱਪ ਨੇ ਉਹਨਾਂ ਦੀ ਹੀ ਗੱਦਾਰੀ ਕਰਕੇ ਪੰਜਾਬ ਦੇ ਕੋਲੋਂ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਖੁੱਸੇ ਨੇ ਪਾਣੀਆਂ ਦੇ ਹੱਕ ਖੋਏ ਗਏ ਨੇ ਤੇ ਚੰਡੀਗੜਾ ਜਿਹੜਾ ਉਹਨੂੰ ਵੀ ਕੇਂਦਰ ਨੇ ਆਪਦੇ ਅਧੀਨ ਕੀਤਾ ਤੇ ਹੁਣ ਇਸ ਯੂਨੀਵਰਸਿਟੀ ਨੂੰ ਕੇਂਦਰ ਜਦੋਂ ਆਪਦੇ ਅਧੀਨ ਕਰ ਰਿਹਾ ਤਾਂ ਸਮੇਤ ਸੱਤਾ ਉੱਤੇ ਬੈਠੇ ਬੈਠੀ ਆਮ ਆਦਮੀ ਪਾਰਟੀ ਦੇ ਸਾਰੀਆਂ ਹਾਕਮ ਤਿਰਾਂ ਚੁੱਪ ਬੈਠੀਆਂ ਨੇ ਤੇ ਸਾਨੂੰ ਇਹਨਾਂ ਤੋਂ ਕਿਸੇ ਤਰ੍ਹਾਂ ਦੀ ਕੋਈ ਉਮੀਦ ਨਹੀਂ ਸਾਨੂੰ ਉਮੀਦ ਸਾਡੇ ਲੋਕਾਂ ਤੋਂ ਆ ਜਿਨ੍ਹਾਂ ਨੇ ਬਾਰ-ਬਾਰ ਉੱਜੜਦੀ ਆਦੀ ਇਸ ਯੂਨੀਵਰਸਿਟੀ ਨੂੰ ਇਸ ਖੜਾ ਕੀਤਾ ਇਹ ਖਿੱਤੇ ਦੇ ਲੋਕਾਂ ਦੇ ਵਿਕਾਸ ਪੰਜਾਬ ਦੀ ਇਸ ਜਿਹਾਰੂ ਧੀ ਨੇ ਬੜੇ ਹੀ ਸੱਦੇ ਸਾਦੇ ਸਪਸ਼ਟ ਲਫ਼ਝਾਂ ਦੇ ਵਿੱਚ ਤੁਹਾਨੂੰ ਸਮਝਾਇਆ ਕਿ ਮਸਲਾ ਹੈ ਕੀ ਆ ਜਿਵੇਂ ਪੰਜਾਬ ਤੋਂ ਪਾਣੀ ਖੋਇ ਗਿਆ ਜਿਵੇਂ ਪੰਜਾਬ ਤੋਂ ਪੰਜਾਬੀ ਬੋਲਦੇ ਇਲਾਕੇ ਖੋਏ ਗਏ ਇਸ ਤਰ੍ਹਾਂ ਚੰਡੀਗੜ੍ਹ ਖੋਇਆ ਗਿਆ ਤੇ ਹੁਣ ਚੰਡੀਗੜ੍ਹ ਦੇ ਵਿੱਚ ਪੰਜਾਬੀਆਂ ਦੀ ਕੋਈ ਇੱਕ ਨਿਸ਼ਾਨੀ ਜਿਹੜੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਜਿਹੜਾ ਦਾਵਾ ਪ੍ਰਮੁੱਖ ਕਰਦੀ ਆ ਉਹ ਵੀ ਕੋਈ ਜਾ ਰਹੀ ਆ ਸੋ ਜਿਵੇਂ ਅਪੀਲ ਕੀਤੀ ਗਈ ਆ ਬੱਚਿਆਂ ਵੱਲੋਂ ਬੱਚੀਆਂ ਵੱਲੋਂ ਕਿ ਇਹਨਾਂ ਦਾ ਸਾਥ ਦਿੱਤਾ ਜਾਵੇ ਅੱਜ ਇਹਨਾਂ ਵੱਲੋਂ ਇੱਕ ਜਿਹੜਾ ਗਵਰਨਰ ਹਾਊਸ ਨੂੰ ਮਾਰਚ ਕੱਢਿਆ ਗਿਆ ਉੱਥੇ ਉਹਨਾਂ ਨੇ ਮੰਗ ਪੱਤਰ ਦੇਣਾ ਸੀ ਪਰ ਰਾਹ ਦੇ ਵਿੱਚ ਪੁਲਿਸ ਨੇ ਇਹਨਾਂ ਨੂੰ ਛਲੀਆਂ ਵਾਂਗ ਕੁੱਟਿਆ ਅਤੇ ਲਾਠੀ ਚਾਰਜ ਕੀਤਾ ਗਿਆ ਸੋ ਬੈਰੀਕੋਡ ਤੋੜ ਕੇ ਜਿਹੜੇ ਅੱਗੇ ਵਾਧੇ ਵਿਦਿਆਰਥੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹਾਲਾਂਕਿ ਬਾਅਦ ਵਿੱਚ ਛੱਡ ਦਿੱਤਾ ਗਿਆ ਸੋ ਇਹ ਵਿਦਿਆਰਥੀ ਜਥੇਬੰਦੀਆਂ ਜਿਹੜੀਆਂ ਖੁੱਲ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਬਚਾਉਣ ਦੇ ਵਾਸਤੇ ਜਿਵੇਂ ਪੰਜਾਬ ਦੀ ਇਮਾਨਤ ਆ ਉਹਨੂੰ ਬਚਾਉਣ ਵਾਸਤੇ ਜ਼ੋਰ ਲਾ ਰਹੇ ਆ ਪੰਜਾਬ ਦੀਆਂ ਰਾਸੀ ਪਾਰਟੀਆਂ ਪੰਜਾਬ ਦੀਆਂ ਹੋਰ ਸੰਘਰਸ਼ੀਲ ਜਥੇਬੰਦੀਆਂ ਪੰਜਾਬ ਦੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਆ ਇਥੇ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਬਖਸ਼ੋ ਕੱਲ ਨੂੰ ਕਿਸੇ ਕਾਰਨ ਪ੍ਰੋਗਰਾਮ ਨਹੀਂ ਕਰ ਸਕਾਂਗਾ ਜੀ ਸੋਮਵਾਰ ਨੂੰ ਹੁਣ ਫਿਰ ਦੁਬਾਰਾ ਦਰਸ਼ਨ ਹੋਣੇ ਆ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ